ਇਹ ਨੇ ਵੈਂਕਟ ਨਾਗਾ ਮਾਧਵੀ ਤੇ ਤਸਵੀਰਾਂ ਨੇ ਉਹਨਾਂ ਦੇ ਡ੍ਰੀਮ ਹਾਊਸ ਦੀਆਂ। ਕਰਨਾਟਕ ਦੇ ਇਸ ਘਰ ਦੇ ਗ੍ਰਹਿ ਪ੍ਰਵੇਸ਼ ਦੇ ਵਿੱਚ ਸਭ ਦੀਆਂ ਨਜ਼ਰਾਂ ਉਹਨਾਂ ਤੇ ਟਿਕੀਆਂ ਸਨ, ਕਿਉਂਕਿ ਇਹ ਉਹ ਖੁਦ ਨਹੀਂ ਬਲਕਿ ਉਹਨਾਂ ਦਾ ਵੈਕਸ ਸਟੈਚੂ ਹੈ। ਦਰਅਸਲ ਜੁਲਾਈ 2017 ਦੇ ਵਿੱਚ ਤਿਰੁਮਾਲਾ ਮੰਦਿਰ ਜਾਂਦਿਆਂ ਹੋਇਆ ਇੱਕ ਸੜਕ ਹਾਦਸੇ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ, ਪਰ ਇਸ ਘਰ ਦਾ ਸੁਪਨਾ ਉਹਨਾਂ ਦੇ ਜ਼ਿਹਨ 'ਚ ਸੀ। ਹੁਣ ਜਦੋਂ ਇਹ ਘਰ ਪੂਰਾ ਹੋਇਆ ਤੇ ਉਹਨਾਂ ਦੇ ਪਤੀ ਸ਼੍ਰੀਨਿਵਾਸ ਗੁਪਤਾ ਨੇ ਉਹਨਾਂ ਦਾ ਪੁਤਲਾ ਬਣਵਾਇਆ ਜੋ ਇੱਕ ਨਜ਼ਰ ਦੇ ਵਿੱਚ ਕਿਸੇ ਜਿਉਂਦੇ ਸ਼ਖਸ ਦਾ ਭੁਲੇਖਾ ਪਾਉਂਦਾ ਹੈ। ਇਹ ਸਟੈਚੂ ਬੈਂਗਲੋਰ ਦੇ ਸ਼੍ਰੀਧਰ ਮੂਰਤੀ ਤੇ ਉਹਨਾਂ ਦੀ ਟੀਮ ਨੇ ਬਣਾਇਆ। ਇਹ ਸਿਲੀਕੋਨ ਵੈਕਸ ਦੇ ਨਾਲ ਬਣਿਆ ਸਟੈਚੂ ਹੈ ਜੋ ਵਾਧੂ ਤਾਪਮਾਨ ਵੀ ਚੱਲ ਸਕਦਾ ਹੈ। ਵੈਂਕਟਾ ਨਾਗਾ ਮਾਧਵੀ ਦੀਆਂ ਦੋ ਧੀਆਂ ਸਿਧਾਂਸ਼ੂ ਅਤੇ ਅਨੂਸ਼ਾ ਨੇ, ਪੂਰਾ ਪਰਿਵਾਰ ਕਾਫੀ ਖੁਸ਼ ਹੈ। ਵੱਡੀ ਧੀ ਅਨੂਸ਼ਾ ਦਾ ਕਹਿਣਾ ਹੈ ਕਿ ਇੰਜ ਲੱਗ ਰਿਹਾ ਜਿਵੇਂ ਉਹਨਾਂ ਦੀ ਮਾਂ ਉਹਨਾਂ ਕੋਲ ਵਾਪਿਸ ਆ ਗਈ ਹੋਵੇ। ਜਦੋਂ ਸ਼੍ਰੀਨਿਵਾਸ ਗੁਪਤਾ ਤੋਂ ਇਸ ਸਟੈਚੂ ਦੀ ਕੀਮਤ ਪੁੱਛੀ ਗਈ, ਉਹ ਕਹਿੰਦੇ ਨੇ ਕਿ ਮੇਰੇ ਲਈ ਤਾਂ ਇਹ ਬੇਸ਼ਕੀਮਤੀ ਹੈ। ਮੇਰਾ 1994 ਵਿੱਚ ਵਿਆਹ ਹੋਇਆ ਸੀ। ਜਦੋਂ ਮੇਰੀ ਪਤਨੀ ਤਿਰੁਪਤੀ ਮੰਦਰ ਜਾ ਰਹੀ ਸੀ ਤਾਂ ਉਸਦੀ ਸੜਕ ਹਾਦਸੇ 'ਚ ਮੌਤ ਹੋ ਗਈ। ਮੇਰੇ ਮਨ 'ਚ ਉਸਦਾ ਪੁਤਲਾ ਬਣਾਉਣ ਦਾ ਵਿਚਾਰ ਆ ਗਿਆ। ਸ਼੍ਰੀਧਰ ਮੂਰਤੀ ਅਤੇ ਗੁੰਬੇ ਮਾਨੀ ਦੀ ਟੀਮ ਨੇ ਸਾਡੀ ਮਦਦ ਕੀਤੀ। ਮੇਰੇ ਲਈ ਇਹ ਸਟੈਚੂ ਬੇਸ਼ਕੀਮਤੀ ਹੈ।